भी तुसी तीजे थे असी चौथे थे, चल नीडू छटराने तो उपर रह गए। जे 12 पौड़ियां चढ़ जे बाजवा गलती नाल बीजेपी शामिल हो जूगा, जलंधर नहीं जीती जानी, जलंधर भी जित गए हुण कहिंदे 24 च देखांगे, वह भी हार जाणगे देखे तुसी। अज दा दिन वह दिन है 16 मई 2014 नूं पहली बार पार्लीमेंट दे विच मैनूं चुणिया सी लोकां ने, संगरूर दे ने। ਇਹੋ ਜਿਹੇ ਵੇਲੇ ਨੂੰ 2.25 ਲੱਖ ਦੀ ਲੀਡ ਹੋ ਗਈ ਸੀ, ਸੁਖਦੇਵ ਸਿੰਘ ਢੀਂਡਸਾ ਅਤੇ ਬਜਿੰਦਰ ਸਿੰਗਲਾ ਸੀ ਇਹੋ ਜਿਹੇ ਵੇਲੇ ਨੂੰ, ਉਹ ਕਹਿੰਦੇ ਸੀ ਤੁੱਕਾ ਲੱਗ ਗਿਆ, ਫਿਰ 2019 'ਚ ਹਰਾਏ, ਫਿਰ ਕਹਿੰਦੇ ਕੋਈ ਨਹੀਂ ਇੱਕੋ ਹੀ ਆਇਆ, ਫਿਰ 2022 'ਚ ਹਰਾਏ, ਕਹਿੰਦੇ ਚੱਲਣੀ ਨਹੀਂ, ਚੱਲ ਵੀ ਗਈ, ਕਹਿੰਦੇ 24 ਜਾਂਗੇ ਉਹ ਵੀ ਹਾਰ ਜਾਣਗੇ ਦੇਖੇ ਤੁਸੀਂ, 24 ਵੀ ਹਾਰ ਜਾਣਗੇ, ਫਿਰ ਕਹਿੰਦੇ 27 'ਚ ਨਹੀਂ ਗੱਲ ਬਣਨੀ, ਇਹ ਐਂ ਤੁਰੇ ਜਾਣਗੇ ਜੀ, ਇਹ ਐਂ ਤੁਰੇ ਜਾਂਦੇ। ਇਹਨਾਂ ਦਾ ਇੱਕੋ ਹੀ ਹੱਲ ਹੈ, ਬਸ ਇਹਨਾਂ ਕਨੀ ਧਿਆਨ ਨਾ ਦਿਓ, ਇਹਨਾਂ ਕਨੀ ਧਿਆਨ ਹੀ ਨਾ ਦਿਓ ਬਸ। ਹੁਣ ਸੁਖਬੀਰ ਬਾਦਲ ਦੀਆਂ ਗੱਲਾਂ ਸੁਣਨਾ ਨਹੀਂ, ਕੋਈ ਪੱਤਰਕਾਰ ਮੈਨੂੰ ਪੁੱਛਣਾ ਸੁਖਬੀਰ ਬਾਦਲ ਨੇ ਐਂ ਕਿਹਾ ਜੀ, ਮੈਂ ਛੱਡ ਪਰੇ ਯਾਰ ਵਿਚਾਰਾ, ਹੁਣ ਜੈਨ ਜਿੰਨੀ ਕਾਕਲ ਹੈ ਉਨੀ ਕੁ ਗੱਲ ਕਰ ਲੈਂਦਾ, ਚੱਲ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ, ਚੱਲ ਛੱਡੋ ਪਰੇ। ਮਜੀਠੀਏ ਨੇ ਐਂ ਕਿਹਾ ਜੀ, ਹੁਣ ਮੈਂ ਉਹਨਾਂ ਦਾ ਜਵਾਬ ਦੇਵਾਂ ਜਿਹੜੇ ਜਲਿਆਂ ਵਾਲੇ ਬਾਗ ਦੇ ਕਾਤਲ ਕਰਾਉਂਦੇ ਸੀ, ਮੈਂ ਉਹਨਾਂ ਦਾ ਜਵਾਬ ਦੇਵਾਂ ਉਹਨਾਂ ਦੀਆਂ ਗੱਲਾਂ, ਉਹ ਮੈਨੂੰ ਸਰਟੀਫਿਕੇਟ ਦੇਣਗੇ ਕਿ ਮੈਂ ਪੰਜਾਬ ਨੂੰ ਕਿੰਨਾ ਕੁ ਪਿਆਰ ਕਰਦਾ, ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦੇ ਕਾਤਲ ਨੂੰ ਉਸੇ ਦਿਨ ਰਾਤ ਨੂੰ ਰੋਟੀ ਖਵਾਈ ਸੀ, ਉਹਨਾਂ ਨੇ ਗੱਲਾਂ ਸੁਣੀਆਂ ਆਪਾਂ। ਜਿਹੜੇ ਨਸ਼ਿਆਂ ਦੇ ਤਸਕਰ ਹਜੇ ਵੀ ਜ਼ਮਾਨਤ 'ਤੇ ਨੇ, ਉਹਨਾਂ ਦੀਆਂ ਗੱਲਾਂ ਕਰੀਏ ਆਪਾਂ? ਉਹਨਾਂ ਦੀਆਂ ਗੱਲਾਂ ਕਰਕੇ ਟਾਈਮ ਹੀ ਖਰਾਬ ਹੀ ਕਰਨਾ, ਜਦੋਂ ਲੋਕਾਂ ਨਹੀਂ ਹਰਾਤੇ। ਇੱਕ ਬਟਨ ਨਾਲ 2 ਸਿੱਟੇ ਨੇ ਅੰਮ੍ਰਿਤਸਰੀਆਂ ਨੇ, ਉਹਨਾਂ ਨੇ ਇੱਕ ਬਟਨ ਹੈ, ਬਟਨ ਇੱਕ ਦੱਬਿਆ, ਡਿੱਗੇ 2 ਨੇ, ਔਰ ਦੋਨੇ ਆਪਸ ਗੱਲ ਗੱਲਾਂ ਕਰੇ, ਉਹ ਲੰਬੂ ਏ, ਉਹ ਤੂੰ ਏ, ਲੋਕ ਕਹਿੰਦੇ ਤੁਸੀਂ ਲੜੀ ਜਾਓ ਯਾਰ, ਤੁਹਾਨੂੰ ਕੰਮ ਕਰ ਲੈਣ। ਸੋ ਇਹ ਜਿਹੜੀ ਭਾਸ਼ਾ ਦੀ ਮਰਿਆਦਾ ਵਾਲੀ ਜਿਹੜੀ ਹੈ ਨਾ, ਇਹ ਸਾਡੇ ਕਮੀ ਤਾਂ ਹੈ ਕਿਉਂਕਿ ਜਿਹੜੇ ਇਹ ਲੀਡਰ ਨੇ ਨਾ, ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਨੇ, ਸਰਕਾਰੀ ਸਕੂਲਾਂ 'ਚ ਨਾ ਤਹਿਜੀਬ, ਆਮ ਘਰਾਂ 'ਚ ਤਹਿਜੀਬ ਸਿਖਾਈ ਜਾਂਦੀ ਹੈ ਕਿ ਤੂੰ ਨਹੀਂ ਕਹਿਣਾ ਪੁੱਤ, ਤੁਸੀਂ ਕਹਿਣਾ, ਜੇ ਉਹ ਹੋਰ ਵੀ ਜ਼ਿਆਦਾ ਰਿਸਪੈਕਟੇਬਲ ਹੈ ਆਪ ਜੀ, ਇਹ ਆਪਣੇ ਸਿਖਾਇਆ ਜਾਂਦਾ। ਇਹਨਾਂ ਦੇ ਇਕੱਲਾ ਯੂ ਹੈ, ਯੂ 'ਚ ਤੂੰ ਹੀ ਹੁੰਦਾ ਬਸ, ਇਸ ਕਰਕੇ ਉਹਨੂੰ ਪਤਾ ਹੀ ਨਹੀਂ ਵੀ ਕਿਹਨੂੰ ਕੀ ਕਹਿਣਾ, ਕੌਣ ਵੱਡਾ ਕੌਣ ਛੋਟਾ, ਯੂ ਨਾ ਤਾਂ ਪਤਾ ਹੀ ਨਹੀਂ ਲੱਗਦਾ, ਤੂੰ ਨਾ ਪਤਾ ਲੱਗਦਾ, ਛੋਟੇ ਨੂੰ ਤੂੰ ਕਹਿੰਦੇ ਆਪਾਂ, ਵੱਡੇ ਨੂੰ ਤੁਸੀਂ ਕਹਿੰਦੇ ਹਾਂ, ਇੱਥੇ ਯੂ 'ਚ ਤਾਂ ਨਹੀਂ ਪਤਾ ਲੱਗਦਾ ਨਾ। ਸੋ ਆਪਣੀ ਕਦੇ ਬੋਲੀ ਤਾਂ ਇਹਨਾਂ ਨੇ ਆਪ, ਅਖਬਾਰ ਨਹੀਂ ਪੜ੍ਹ ਸਕਦੇ ਪੰਜਾਬੀ ਦਾ, ਸ਼ਰਤ ਲਾਓ, ਅਖਬਾਰ ਨਹੀਂ ਪੜ੍ਹ ਸਕਦੇ ਪੰਜਾਬੀ ਦਾ, ਇਹ ਉਹ ਸਾਡੇ ਪੰਜਾਬੀ ਦੇ ਨੰਬਰਦਾਰ ਬਣਦੇ ਆ। ਹੁਣ ਉਹ ਦੋਨਾਂ ਦੀ ਫੋਟੋ ਦੇਖੀ, ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਦੀ ਕਿਤਾਬ ਜੀ ਚੱਕੀ ਬੈਠੇ, ਐਂ ਦੱਸੀ ਜਾਂਦਾ ਮਨਪ੍ਰੀਤ ਬਾਦਲ ਵੀ ਤੁਸੀਂ ਤੀਜੇ ਤੇ ਅਸੀਂ ਚੌਥੇ ਤੇ, ਚੱਲ ਨੀਡੂ ਛਟਰਾਣੇ ਤੋਂ ਉੱਪਰ ਰਹਿ ਗਏ। ਇੱਕੋ ਘਰ 'ਚ 2 ਝੰਡੇ ਨੇ, ਕੰਧ ਸਾਂਝੀ ਹੈ, ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਇੱਕੋ ਘਰ 2 ਝੰਡੇ, ਇੱਕ ਕਾਦੀਆਂ ਘਰ ਹੈ ਬਾਜਵੇ ਦਾ, ਉਹਦੇ ਗਰਾਊਂਡ ਫਲੋਰ 'ਤੇ ਕਾਂਗਰਸ ਦਾ ਹੈ, ਫਸਟ ਫਲੋਰ 'ਤੇ ਬੀਜੇਪੀ ਦਾ, ਉਹ ਵੀ ਇੱਕੋ ਘਰ 'ਚ 2 ਝੰਡੇ। ਜੇ 12 ਪੌੜੀਆਂ ਚੜ੍ਹ ਜੇ ਬਾਜਵਾ ਗਲਤੀ ਨਾਲ ਬੀਜੇਪੀ ਸ਼ਾਮਿਲ ਹੋ ਜੂਗਾ, ਇਹ ਸਾਨੂੰ ਸਿਖਾਉਣਗੇ ਯਾਰ।